ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਭ ਦਾ ਪ੍ਰੀ ਪੰਜਾਬ ਚੈਨਲ ਵਿੱਚ ਅੱਜ ਤੁਹਾਨੂੰ ਦੱਸਾਂਗੇ ਪਾਪੀ ਅਜੀਤ ਸਿੰਘ ਪੂਲੇ ਦੇ ਖੌਫਨਾਕ ਤੇ ਦਰਦਨਾਕ ਪਾਪਾਂ ਦੀ ਅਗਲੀ ਕੜੀ ਬਾਰੇ ਤੁਸੀਂ ਪੁਰਾਣੇ ਸਮਿਆਂ ਵਿੱਚ ਰਾਖਸ਼ ਵਰਤੀ ਦੇ ਬੰਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਜਾਂ ਫਿਰ ਟੀਵੀ ਉੱਤੇ ਦੇਖੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਵੀ ਅਸੀਂ 90 ਦੇ ਦਹਾਕੇ ਵਿੱਚ ਇੱਕ ਇਹੋ ਜਿਹਾ ਹੀ ਰਾਕਸ਼ ਆਇਆ ਸੀ ਜਿਹਦੇ ਸਾਰੇ ਵਰਤਾਰੇ ਉਹਨਾਂ ਕਹਾਣੀਆਂ ਵਾਲੇ ਰਾਕਸ਼ਾ ਤੋਂ ਵੀ ਕਿਤੇ ਉੱਤੇ ਸਨ ਗੱਲ ਕਰ ਰਹੇ ਹਾਂ ਪਾਪੀ ਪੂਲੇ ਬਾਰੇ ਵੀਡੀਓ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆਂ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਕਹਿੰਦੇ ਹਨ ਕਿ ਪਿੰਡ ਕਰਤਾਰਪੁਰ ਝੂਠਾਂ ਦੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਭਜਨ ਸਿੰਘ ਜਿਸ ਨੂੰ ਭੱਜਾ ਕਹਿ ਕੇ ਬੁਲਾਇਆ ਜਾਂਦਾ ਸੀ ਉਤੋ ਕਾ ਖਾਕੇ ਪੂਲੇ ਨੂੰ ਅਸਲੀ ਗੁਰੂ ਕਾ ਸਿੱਖ ਸਮਝ ਬੈਠਾ ਉਸ ਦਾ ਆਪਣੇ ਭਰਾ ਨਾਲ ਝਗੜਾ ਹੋਇਆ ਸੀ ਜਿਸ ਦੀ ਸ਼ਿਕਾਇਤ ਉਸਨੇ ਪੂਲੇ ਕੋਲ ਜਾਰ ਲਾਈ ਕਿ ਉਹਦਾ ਭਰਾ ਆਤਵਾਦੀਆਂ ਵਾਲੀ ਭਾਸ਼ਾ ਬੋਲਦਾ ਹੁਲਾ ਉਸ ਵਕਤ ਸ਼ਰਾਬ ਤੇ ਨਸ਼ੇ ਵਿੱਚ ਗੁੱਟ ਬੈਠਾ ਸੀ ਉਸਨੇ ਉਸੇ ਵਕਤ ਬੱਕਰੇ ਵੱਢਣ ਵਾਲਾ ਇੱਕ ਦਾਤਰ ਮੰਗਵਾਇਆ ਤੇ ਅਚੜਕੇਤ ਖਲੋਤੇ ਭੱਜੇ ਦੇ ਜ਼ੋਰ ਨਾਲ ਪੱਟ ਤੇ ਦਾਤਰ ਮਾਰਿਆ ਇੱਕ ਟੱਕ ਉਸ ਦੀ ਪਿੰਜਣੀ ਉੱਤੇ ਮਾਰਿਆ ਭਜੇ ਦੀਆਂ ਡਾਡਾ ਦਿਗੜ ਗਈਆਂ ਪੁੱਲੇ ਨੇ ਉਸ ਦਾ ਮੂੰਹ ਫੜ ਕੇ ਸ਼ਰਾਬ ਦੀ ਬੋਤਲ ਉਸ ਦੇ ਮੂੰਹ ਨਾਲ ਲਾ ਦਿੱਤੀ ਤੇ ਫਿਰ ਉਸ ਨੂੰ ਚੁੱਪ ਕਰਾ ਕੇ ਆਪਣੇ ਬੰਦਿਆ ਦੇ ਨਾਲ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਫਿਰ ਮੈਡੀਕਲ ਰਿਪੋਰਟ ਦੇ ਆਧਾਰ ਤੇ ਉੱਤੇ ਹੀ ਪੁੱਲੇ ਨੇ ਭਜੇ ਦੇ ਭਰਾ ਤੇ ਦਫਾ 326 ਦਾ ਪਰਚਾ ਕਰਵਾ ਦਿੱਤਾ ਉਧਰ ਭਜੇ ਦੇ ਭਰਾ ਤੇ ਪਰਚਾ ਆਉਣ ਪਿੱਛੋਂ ਪਿੰਡ ਦੀ ਪੰਚਾਇਤ ਉਸ ਦੇ ਮਗਰ ਗਈ ਪੰਚਾਇਤ ਨੇ ਥਾਣੇ ਵਿੱਚ ਭਜੇ ਦੇ ਭਰਾ ਦੀ ਸਹੂਲਤ ਦਿੱਤੀ ਕਿ ਉਹ ਐਡਾ ਕੰਮ ਨਹੀਂ ਕਰ ਸਕਦਾ ਜਿਸਤੇ ਠਾਣੇਦਾਰ ਨੂੰ ਯਕੀਨ ਹੋਣ ਤੋਂ ਬਾਅਦ ਜਦੋਂ ਭਜੇ ਤੋਂ ਪੁੱਛਗਿੱਛ ਕੀਤੀ ਤਾਂ ਉਹ ਠੜਕ ਗਿਆ। ਘਬਰਾਏ ਹੋਏ ਭਜੇ ਨੇ ਪੂਲੇ ਦੇ ਨਾਮ ਲੈ ਦਿੱਤਾ। ਸਾਰੀ ਗੱਲ ਪੂਲੇ ਵੱਲ ਘੁੰਮ ਗਈ ਤਾਂ ਸਾਰੀ ਪੰਚਾਇਤ ਇਕੱਠੀ ਹੋ ਕੇ ਪੂਲੇ ਕੋਲ ਆਈ। ਫੇਰ ਸ਼ਰਾਬ ਨਾਲ ਰੱਜਿਆ ਪੂਲਾ ਉਹਨਾਂ ਨੂੰ ਹੀ ਮਾਰਨ ਪੈ ਗਿਆ। दारू ਨਾਲ ਅੰਨ੍ਹੀ ਹੋਏ ਪੂਲੇ ਨੇ ਕਿਹਾ ਕਿ ਸਾਲਿਓ ਅਸੀਂ ਤੁਹਾਨੂੰ ਬਦਮਾਸ਼ ਲੱਗਦੇ ਆਂ। ਅਸੀਂ ਤਾਂ ਸੰਤ ਹਾਂ। ਅਸੀਂ ਗੁਰਦੁਆਰੇ ਬਣਾਉਂਦੇ ਆਂ ਨਾ ਕਿ ਲੋਕਾਂ ਦੀਆਂ ਸ਼ਭੀਆਂ। ਪਟਾਦਦੇ ਸਾਰੇ ਵੱਡੇ ਨਮਾਣਿਆਂ ਵਾਂਗ ਹੱਥ ਜੋੜ ਕੇ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਕਦੋਂ ਕਹਿੰਦੇ ਆ ਕਿ ਤੁਸੀਂ ਛੱਬੀ ਬਣਾਈ ਹੈ ਤੁਸੀਂ ਤਾਂ ਇਹ ਬਾਗਲਾ ਨਵੇੜ ਦਿਓ ਬਸ ਫੇਰ ਪੂਲੇ ਨੇ ਦੁਆ ਭਰਾਵਾਂ ਦਾ ਰਾਜੀ ਨਾਵਾ ਕਰਾ ਕੇ ਆਪਣੀ ਲਾਈ ਆਪੇ ਹੀ ਵਿਆਹ ਦਿੱਤੀ ਇਸੇ ਹਰਕਤ ਕਰਕੇ ਭਜੇ ਦੀ ਪਤਨੀ ਪੂਲੇ ਨੂੰ ਇੱਕ ਮਾਣ ਸਖਸੀਅਤ ਸਮਝ ਬੈਠੀ ਸੀ ਇਸ ਲਈ ਇੱਕ ਦਿਨ ਉਹ ਆਪਣੇ ਨਾਲ ਹੋਈ ਜਾਤੀ ਦੀ ਸ਼ਿਕਾਇਤ ਲੈ ਕੇ ਪੂਲੇ ਕੋਲ ਪਹੁੰਚ ਗਈ ਉਸ ਦੀ ਇੱਜ਼ਤ ਨੂੰ ਪਰਦੇ ਇੱਕ ਬੱਦੇ ਨੇ ਹੱਥ ਪਾਇਆ ਸੀ ਭਜੇ ਦੀ ਪਤਨੀ ਸ਼ਿਕਾਇਤ ਲੈ ਕੇ ਜਦੋਂ ਪੂਲੇ ਦੇ ਦਰਬਾਰ ਵਿੱਚ ਪਹੁੰਚੀ ਤਾਂ ਪੂਲਾ ਸ਼ਰਾਬੀ ਹੋਇਆ ਖੁਸਰਿਆਂ ਨਾਲ ਲੱਟ ਰਿਹਾ ਸੀ ਭਜੇ ਦੀ ਪਤਨੀ ਦੀ ਸ਼ਿਕਾਇਤ ਸੁਣ ਕੇ ਖੜ ਬਸਤੀ ਤੇ ਉੱਤਰਿਆ ਪੂਲਾ ਕਹਿੰਦਾ ਆਪਣੇ ਗੁੰਡਿਆਂ ਨੂੰ ਕਹਿਣ ਲੱਗਾ ਕਿ ਓਏ ਧਿਆਨ ਨਾਲ ਜਰਾ ਚੈੱਕ ਕਰਕੇ ਦੇਖੋ ਦੋਸਤੋ ਮਸਾ ਰੰਗੜ ਦੇਵੀ ਦਰਬਾਰ ਸਾਹਿਬ ਅੰਦਰ ਕਮੀਨਗੀ ਦੀਆਂ ਇੰਦੀਆਂ ਹੱਦਾ ਪਾਰ ਨਹੀਂ ਸਰ ਕੀਤੀਆਂ ਜਿੰਨੀਆਂ ਪੂਲੇ ਨੇ ਗੁਰਦੁਆਰਿਆਂ ਵਿੱਚ ਕੀਤੀਆਂ ਸੀ ਉਕਤ ਪੂਲੇ ਦਾ ਉਪਮ ਸੁਣ ਕੇ ਪੂਲੇ ਦੇ ਗੁੱਡਿਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਉਸ ਔਰਤ ਨੂੰ ਵਲਫ ਨਗੜ ਕਰ ਦਿੱਤਾ ਫੇਰ ਪੂਲੇ ਦੇ ਗੁੱਡਿਆਂ ਉਸ ਮਜਨੂਬ ਔਰਤ ਨੂੰ ਗੁਰਦੁਆਰੇ ਦੇ ਨਾਲ ਲੱਗਦੇ ਕਮਾਦ ਵਿੱਚ ਲੈ ਗਏ ਪੂਲਾ ਸ਼ਰਾਬੀ ਹੋਇਆ ਖੁਸਰਿਆਂ ਨਾਲ ਹੀ ਰੁੱਝ ਰਿਆਂ ਤੇ ਉਧਰ ਉਸਦੇ ਪਾਲਤੂ ਗੁੱਡੇ ਉਸ ਬੀਬੀ ਦੀ ਇੱਜ਼ਤ ਤਾਰ-ਤਾਰ ਕਰਦੇ ਰਹੇ ਸੋਤ ਵਿੱਚ ਆਇਆ ਕਿ ਉਹਨਾਂ ਗੁੰਡਿਆਂ ਦੀ ਗਿਰਤੀ ਉਸ ਸਮੇਂ 23 ਦੇ ਕਰੀਬ ਸੀ ਸਵੇਰੇ ਜ਼ਖਮੀ ਹਾਲਤ ਅਤੇ ਜ਼ਖਮੀ ਸਰੀਰ ਨਾਲ ਉਹ ਮਜਲੂਮ ਬੀਬੀ ਉਸੇ ਤਰ੍ਹਾਂ ਅਲਫਨ ਡਗੜ ਘਰ ਵਾਪਸ ਪਰਤੀ ਫਿਰ ਦਹਿਸ਼ਤ ਕਾਰਨ ਉਹ ਸਾਰੇ ਪਿੰਡ ਛੱਡ ਕੇ ਚਲੇ ਗਏ ਤੇ ਵਾਪਸ ਕਦੇ ਪਿੰਡ ਨਾ ਆਏ ਇਹ ਫਿਰ ਇੱਕ ਵਾਰ ਪੂਲਾ ਜਮਾਤ ਕਰਾ ਕੇ ਜੇਲ੍ਹ ਵਿੱਚੋਂ ਬਾਹਰ ਆਇਆ ਹੀ ਸੀ ਕਿ ਉਸਨੇ ਆਪਣੇ ਨਾਰ ਰਹਿੰਦੇ ਇੱਕ ਸਾਥੀ ਦੇ ਪਰਿਵਾਰ ਦੀ ਜਦੋਂ ਹੱਥ ਪਾ ਲਿਆ ਇਹ ਸਾਥੀ ਆਪਣੀ ਜ਼ਮੀਨ ਦੇ ਝਗੜੇ ਕਾਰਨ ਹੀ ਪੂਲੇ ਕੋਲ ਆਇਆ ਸੀ ਪੂਲੇ ਨੇ ਉਸ ਨੂੰ ਕਿਹਾ ਕਿ ਤੇਰੀ ਜ਼ਮੀਨ ਦਾ ਮਸਲਾ ਹੱਲ ਕਰ ਦਿਆਂਗੇ ਪਰ ਉਹਨਾਂ ਟਾਈਮ ਤੋਂ ਇੱਥੇ ਮੇਰੇ ਕੋਲ ਰਹੇ ਉਸ ਨੂੰ ਗੱਡੀਆਂ ਚਲਾਉਣ ਦਾ ਕੰਮ ਦਿੱਤਾ ਗਿਆ ਉਸ ਦੀ ਪਤਨੀ ਵੀ ਉਸ ਨੂੰ ਮਿਲਣ ਵਾਸਤੇ ਪੂਲੇ ਦੇ ਡੇਰੇ ਬਾਪਾ ਪਕਾਰਾ ਕਦੇ-ਕਦੇ ਆਉਂਦੀ ਹੁੰਦੀ ਸੀ ਅਤੇ ਉਹਦੀ ਇੱਕ ਵਾਰ 15-16 ਸਾਲ ਦੀ ਲੜਕੀ ਦੋਵੇਂ ਮਾਵਾ ਧੀਆਂ ਮਿਲਣ ਵਾਸਤੇ ਪੂਲੇ ਦੇ ਡੇਰੇ ਵਿੱਚ ਆਈ ਜਿਸ ਤੋਂ ਬਾਅਦ ਪੂਲੇ ਬਾਰ-ਬਾਰ ਆਪਣੇ ਉਸ ਸਾਥੀ ਨੂੰ ਆਪਣੀ ਲੜਕੀ ਨੂੰ ਨਾਲ ਲੈ ਕੇ ਆਉਣ ਲਈ ਕਹਿਦਾ ਰਿਹਾ ਉਹ ਕਤ ਸਾਥੀ ਜੋ ਪੂਲੇ ਦੇ ਬਾਰੇ ਚੱਕੀ ਤਰ੍ਹਾਂ ਜਾਣਦਾ ਸੀ ਉਹ ਆਲੇ-ਟਾਲੇ ਕਰਕੇ ਸਮਾਂ ਲਗਾਈ ਗਿਆ ਪਰ ਇੱਕ ਦਿਨ ਪੂਲੇ ਨੇ ਜ਼ੋਰ ਦੇ ਕੇ ਕਿਹਾ ਕਿ ਗੱਡੀ ਲੈ ਜਾ ਤੇ ਆਪਣੀ ਲੜਕੀ ਦੇ ਘਰ ਵਾਲੀ ਨੂੰ ਇੱਥੇ ਲਿਆ ਜੋ ਇੱਥੇ ਆ ਕੇ ਸੇਵਾ ਕਰਨ ਅਤੇ ਲੰਗਰ ਪਕਾਉਣ ਪੂਲੇ ਨੇ ਗੱਡੀ ਦੇ ਨਾਲ ਆਪਣੇ ਕੁਝ ਬੰਦੇ ਭੇਜ ਕੇ ਉਸ ਦੀ ਘਰ ਵਾਲੀ ਅਤੇ ਲੜਕੀ ਨੂੰ ਤੱਕੇ ਨਾਲ ਚੁੱਕ ਕੇ ਡੇਰੇ ਵਿੱਚ ਲੈ ਜਾਂਦਾ ਤੇ ਸ਼ਾਮ ਨੂੰ ਦਸੇ ਵਿੱਚ ਗੁੱਟ ਹੋ ਕੇ ਗੁੱਸੇ ਵਿੱਚ ਆਪਣੇ ਉਸ ਸਾਥੀ ਅਤੇ ਉਸ ਦੀ ਘਰਵਾਲੀ ਨੂੰ ਰੱਸੇ ਨਾਲ ਬੰਨ੍ਹ ਕੇ ਡਾਗਾ ਭਰਾਈਆਂ ਤੇ ਦੋਵਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਿਰਫ ਇਸ ਗੱਲ ਕਰਕੇ ਕਿ ਤੁਸੀਂ ਆਪਣੀ ਲੜਕੀ ਨੂੰ ਮੇਰੇ ਕੋਲ ਕਿਉਂ ਨਹੀਂ ਲੈ ਕੇ ਆਉਂਦੇ ਸੀ ਉਹਨਾਂ ਦੋਹਾਂ ਦੀ ਕੁੱਟਮਾਰ ਕਰਕੇ ਲੜਕੀ ਨਾਲ ਜ਼ਬਰਦਸਤੀ ਕਰਨ ਲਈ ਪੂਲਾ ਜੇ ਕਮਰੇ ਵਿੱਚ ਹੀ ਗਿਆ ਸੀ ਪਰ ਪ੍ਰਮਾਤਮਾ ਵੱਲੋਂ ਬਚਾਅ ਹੋ ਜਾਂਦਾ ਹੈ ਪੂਲੇ ਦੇ ਹੀ ਕਿਸੇ ਹੋਰ ਸਾਥੀ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਤੇ ਡੀਐਸਪੀ ਪਾਪਾ ਬਕਾਲਾ ਨੇ ਮੌਕੇ ਤੇ ਪੁਲਸ ਭੇਜ ਗਏ ਤਿੰਨਾਂ ਨੂੰ ਪੂਲੇ ਦੇ ਕਬਜ਼ੇ ਵਿੱਚੋਂ ਛੁਡਾ ਕੇ ਹਸਪਤਾਲ ਦਾਖਲ ਕਰਵਾਇਆ ਇਸੇ ਤਰ੍ਹਾਂ ਭਾਈ ਜੋਗਾ ਸਿੰਘ ਖਾੜਪੁਰ ਦੇ ਪਰਿਵਾਰ ਨਾਲ ਵੀ ਬਹੁਤ ਬੁਰੀ ਪੂਲੇ ਨੇ ਕੀਤੀ ਸੀ ਜਿੱਤੇ ਖਾੜਪੁਰ ਦਾ ਪਤਨ ਸਿੰਘ ਆਪਣੇ ਘਰ ਵਿੱਚ ਕੁਝੀ-ਗੁਜੀ ਬਸਦਾ ਸੀ ਉਸ ਦੇ ਤਿੰਨ ਬੱਚੇ ਸਨ ਜੋਗਾ ਸਿੰਘ ਰਣਜੀਤ ਸਿੰਘ ਤੇ ਲੜਕੀ ਮਦਨਜੀਤ ਕੌਰ ਸਾਦਨੋ 1988 ਵਿੱਚ ਪੁਲਿਸ ਖਾਰਕੂਆਂ ਦੀ ਖੋਜ ਵਿੱਚ ਉਹਨਾਂ ਦੇ ਘਰ ਆਏ ਤੇ ਰੋਟੀ ਖਾਣ ਦਾ ਬਹਾਨਾ ਪੜਾ ਕੇ ਬਚਨ ਸਿੰਘ ਨੂੰ ਫੜ ਕੇ ਥਾਣੇ ਲੈ ਗਈ ਜਿੱਥੇ ਬਚਨ ਸਿੰਘ ਦੇ ਤਸ਼ੱਦਦ ਢਾ ਕੇ ਉਸਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਬਚਨ ਸਿੰਘ 3 ਮਹੀਨਿਆਂ ਬਾਅਦ ਜ਼ਮਾਨਤ ਤੇ ਘਰ ਆਇਆ ਪਰ ਥੋੜੇ ਦਿਨਾਂ ਬਾਅਦ ਪੁਲਿਸ ਨੇ ਉਸਨੂੰ ਫੇਰ ਫੜ ਲਿਆ ਤੇ ਫਿਰ ਪਿੰਡ ਦੀ ਪੰਚਾਇਤ ਚੜਾ ਕੇ ਲਿਆਂਈ ਆਪਣੇ ਪਿਤਾ ਦੇ ਹੋਂਦੇ ਜ਼ੁਲਮ ਕਾਰਨ ਬਚਨ ਸਿੰਘ ਦੇ ਪੁੱਤਰ ਜੋਗਾ ਸਿੰਘ ਨੇ ਆਪਣੇ ਬੇਇੱਜ਼ਤੀ ਮਹਿਸੂਸ ਹੋਈ ਤੇ ਉਹ ਘਰ ਛੱਡ ਕੇ ਭਗੌੜਾ ਹੋ ਗਿਆ ਤੇ ਵਾਪਸ ਕਦੇ ਘਰ ਨਾ ਆਇਆ ਇਸ ਦੌਰਾਨ ਪੂਨੇ ਦੇ ਕਾਫਲੇ ਉੱਤੇ ਖਾਰਕੂ ਸਿੰਘਾਂ ਦਾ ਇੱਕ ਹਮਲਾ ਹੁੰਦਾ ਹੈ ਜਿਸ ਵਿੱਚ ਪੂਲੇ ਨੂੰ ਛੱਟ ਪਿਆ ਜਾਂਦਾ ਹੈ ਕਿ ਇਹ ਹਮਲਾ ਜੋਗਾ ਸਿੰਘ ਨੇ ਕੀਤਾ ਹੈ ਬਸ ਫਿਰ ਕੀ ਸੀ ਪੂਲੇ ਨੂੰ ਤਾਂ ਬਾਹਰ ਨਾ ਚੈਦਾ ਸੀ ਉਸਨੇ 31 ਮਈ 1991 ਦੀ ਰਾਤ ਪੂਲਾ ਅਤੇ ਉਸਦੇ ਗੁੱਡਿਆਂ ਦੇ ਜੋਗਾ ਸਿੰਘ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਉਹ ਸਬਾਤ ਤੇ ਜੋਗਰ ਸਿੰਘ ਦਾ ਪਿਤਾ ਬਚਨ ਸਿੰਘ ਮਾਤਾ ਦਰਸ਼ਨ ਕੌਰ ਭਰਾ ਰਜੀਤ ਸਿੰਘ ਭੈਣ ਮਦਰਜੀਤ ਕੌਰ ਚਾਚੀ ਅਰਜਿੰਦਰ ਕੌਰ ਅਤੇ ਇੱਕ ਦੁੱਧ ਚੁੰਗਦੀ ਬੱਚੀ ਗੁਰਜੱਟ ਕੌਰ ਜਿਸ ਦੀ ਉਮਰ ਕੇਵਲ 10 ਮਹੀਨੇ ਸੀ ਇਹ ਸਾਰੇ ਘਰ ਵਿੱਚ ਮਜੂਦ ਸਨ ਜਿਨ੍ਹਾਂ ਨੂੰ ਪੂਲੇ ਨੇ ਇੱਕ ਲੈਣ ਵਿੱਚ ਖੜਾ ਕੇ ਵਾਰੀ-ਵਾਰੀ ਗੋਲੀਆਂ ਨਾਲ ਭੰਨ ਸੁੱਟਿਆ ਦੁੱਧ ਚੁੰਗਦੀ ਬੱਚੀ ਨੂੰ ਵੀ ਬਕਸ਼ਿਆ ਨਾ ਗਿਆ ਤੇ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਦਾਂ ਹੀ ਨਹੀਂ ਘਰ ਵਿੱਚ ਬੱਚੀਆਂ ਬੱਚੇ ਗਾਵਾਂ ਦੀ ਗੋਲੀਆਂ ਬਾਅ ਕੇ ਮਾਰ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਸਾਰੀਆਂ ਲਾਸ਼ਾਂ ਨੂੰ ਇੱਕ ਥਾਂ ਇਕੱਠਿਆ ਕਰਕੇ ਘਰ ਨੂੰ ਹੀ ਅੱਗ ਲਾ ਕੇ ਧੂਮ ਦਿੱਤਾ ਗਿਆ। ਇਹੋ ਜਿਹੇ ਸਨ ਝੁਲਮੀ ਪਾਪੀ ਪੂਲੇ ਨੇ ਗੁੱਦਿਆ ਕਰਤੂਤਾ ਜਿੰਨਾ ਬਾਰੇ ਸੋਚ ਕੇ ਵੀ ਰੂਹ ਕਾ ਪੁੱਟਦੀ ਹੈ। ਪੂਲੇ ਦੀਆਂ ਇਹਨਾਂ ਕਰਤੂਤਾ ਕਰਕੇ ਹੀ 2008 ਵਿੱਚ ਹਰਚੰਦ ਸਿੰਘ ਅਤੇ ਨਵਤੇਜ ਸਿੰਘ ਨੇ ਅਵਰ ਸਰ ਦੀ ਗੁਪਟਾਲਾ ਜੇਲ੍ਹ ਵਿੱਚ ਪੂਲੇ ਨੂੰ ਅੱਗ ਲਾ ਕੇ ਜਾਂਦਾ ਸਾੜਿਆ ਸੀ ਇਸ ਵੀਡੀਓ ਵਿੱਚ ਕੁਝ ਗੱਲਾਂ ਕੁਝ ਅਲਫਾਜ਼ ਇਹੋ ਜਿਹੇ ਸਰ ਜਿਨ੍ਹਾਂ ਨੂੰ ਸਭ ਬੋਲਣ ਲੱਗਿਆਂ ਵੀ ਹਿੱਕਤ ਮਹਿਸੂਸ ਹੁੰਦੀ ਸੀ ਤੇ ਫਿਰ ਵੀ ਅਸੀਂ ਬੜੇ ਦੈਰੇ ਵਿੱਚ ਰਹਿ ਕੇ ਇਸ ਵੀਡੀਓ ਸਬੰਧੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਇਸ ਵੀਡੀਓ ਇਸ ਵੱਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ